ਸਾਡੀ ਦਾਦੀ ਪੁਰਾਣੇ ਰਹਿਣ ਦੇ 50 ਸਾਲ ਤੋਂ ਇੱਥੇ 60 ਤੋਂ ਰਹਿਣ ਦੇ ਆ, ਰਸਤਾ ਚੱਲ ਰਿਹਾ ਸਾਡਾ। ਅਤੇ ਜੋਗਿੰਦਰ ਸਿੰਘ ਉਹਦੀ ਬੇਟੀ ਨੇ ਕਹਿੰਦਾ ਧੱਕਾ ਕਰਕੇ ਅਤੇ ਸਾਡਾ ਰਸਤਾ ਬੰਦ ਕਰ ਦਿੱਤਾ। ਸਾਡੀ ਇਹ ਕਲਫੂ ਕਰਕੇ ਕਲਫੂ ਕਰਕੇ ਸਾਡੀ ਹੋਈ ਨਹੀਂ, ਸੁਣਵਾਈ ਨਹੀਂ ਹੋਈ ਜੀ। ਅਤੇ ਆਪਾਂ ਜੇ ਨਾਲੇ ਵੀ ਗਏ ਅਤੇ ਸਰਪੰਚ ਸਾਹਿਬ ਰੋਕਦੇ ਰਹੇ, ਇਹਨਾਂ ਨੇ ਰੋਕਿਆ, ਇਹਨਾਂ ਨੇ ਜ਼ੋਰ ਨਾਲ ਕੰਧ ਕੱਢ ਲਈ ਜੀ। ਮੈਂ ਜਾ ਕੇ ਉੱਥੇ ਤੁਹਾਨੂੰ ਪਾਰਟੀ ਹੋ ਗਿਆ ਸੀ ਉਹਨਾਂ ਨੂੰ, ਮੈਂ ਕਿਹਾ ਵੀ ਤੁਸੀਂ ਇਹ ਸਿਕੰਦ ਨਹੀਂ ਕਰਨੀ ਕੋਈ ਵੀ, ਠੀਕ ਹੈ, ਅਤੇ ਉਹ ਰੋਕਿਆ ਸੀ ਉਹਨਾਂ ਨੇ। ਪਰ ਇਹ ਜੇ ਦੂਜੀ ਪਾਰਟੀ ਹੈਗੀ ਆ ਆਪਣੀ ਜੋਗਿੰਦਰ ਸਿੰਘ ਪਾਰਟੀ ਜਿਹੜੀ ਆ, ਪਰ ਇਹ ਨਹੀਂ ਹਟੇ, ਇਹਨਾਂ ਰਾਤ ਦਿਨ ਜਾ ਕੇ ਇਹਨਾਂ ਰਾਤੋਂ ਰਾਤ ਕੰਧ ਕਰ ਲਈ ਇਹਨਾਂ ਨੇ ਜਾ ਕੇ। ਦੇਖੋ ਜਦੋਂ ਅਜਨਾਲਾ ਦੇ ਪਿੰਡ ਡੱਲਾ ਰਾਜਪੁਰਾ ਵਿਖੇ ਗਰੀਬ ਪਰਿਵਾਰ ਨੇ ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਮਨਾਹੀ ਕੀਤੇ ਜਾਣ ਦੇ ਬਾਵਜੂਦ ਵੀ ਦੂਜੀ ਧਿਰ ਉੱਤੇ ਜਬਰਨ ਕੰਧ ਕੱਢਣ ਦੇ ਲਾਏ ਇਲਜ਼ਾਮ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਵੀ ਕਿਹਾ ਕਿ ਇਹ ਕੰਧ ਕੱਢ ਕੇ ਨਾ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਦੋਸ਼ੀ ਕਦੇ ਵੀ ਮੁਆਫ ਨਹੀਂ ਕੀਤੇ ਜਾਣਗੇ। ਹਰੀ ਸਿੰਘ ਹੈ ਡੱਲਾ ਰਾਜਪੁਤਾਂ, ਉਹਨੇ ਸ਼ਹੀਦ ਦਿਖਾ ਦਿੱਤੀਆਂ ਸੀ ਕਾਫੀ ਵੀ ਮੇਰੀ ਜਿਹੜੀ ਆ ਮੇਰਾ ਜਿਹੜੀ ਥਾਂ 6 ਮਰ ਹੈਗੀ ਆ, ਅਤੇ ਇਹ ਧੱਕਾ ਕਰ ਰਹੇ ਆ, ਹਾਂਜੀ, ਅਤੇ ਇਹ ਕੰਧ ਕਰ ਰਹੇ ਆ। ਅਤੇ ਮੈਂ ਜਾ ਕੇ ਉੱਥੇ ਤੁਹਾਨੂੰ ਪਾਰਟੀ ਹੋ ਗਿਆ ਸੀ ਉਹਨਾਂ ਕੋਲ, ਮੈਂ ਕਿਹਾ ਵੀ ਤੁਸੀਂ ਇਹ ਸਿਕੰਦ ਨਹੀਂ ਕਰਨੀ ਕੋਈ ਵੀ, ਠੀਕ ਹੈ, ਅਤੇ ਉਹ ਰੋਕਿਆ ਸੀ ਉਹਨਾਂ ਨੇ। ਪਰ ਇਹ ਜਿਹੜੀ ਦੂਜੀ ਪਾਰਟੀ ਹੈਗੀ ਆ ਆਪਣੀ ਜੋਗਿੰਦਰ ਸਿੰਘ ਪਾਰਟੀ ਜਿਹੜੀ ਆ, ਪਰ ਇਹ ਨਹੀਂ ਹਟੇ, ਇਹਨਾਂ ਰਾਤ ਦਿਨ ਜਾ ਕੇ ਇਹਨਾਂ ਰਾਤੋਂ ਰਾਤ ਕੰਧ ਕਰ ਲਈ ਇਹਨਾਂ ਨੇ ਜਾ ਕੇ, ਅਤੇ ਇੱਕ ਕਾਨੂੰਨ ਦੀ ਉਲੰਘਣਾ ਕੀਤੀ ਉਹਨਾਂ ਨੇ, ਉਹ ਜੋ ਕਾਰਵਾਈ ਬਣਦੀ ਆ ਉਹ ਕੀਤੀ ਆ ਉਹਦੀ। ਕੀ ਨਾਂ ਆਪਣਾ ਜੀ? ਮੇਰਾ ਨਾਮ ਅੰਗਦ ਸਿੰਘ। ਕੀ ਮਸਲਾ ਹੈ ਜੀ? ਮਸਲਾ ਇਹ ਜੀ, ਇਹ ਸਾਡੀ ਦਾਦੀ ਪੁਰਾਣੇ ਰਹਿਣ ਦੇ 50 ਸਾਲ ਤੋਂ ਇੱਥੇ 60 ਤੋਂ ਰਹਿਣ ਦੇ ਆ, ਰਸਤਾ ਚੱਲ ਰਿਹਾ ਸੀ ਸਾਡਾ। ਅਤੇ ਜੋਗਿੰਦਰ ਸਿੰਘ ਉਹਦੀ ਬੇਟੀ ਨੇ ਕਹਿੰਦਾ ਧੱਕਾ ਕਰਕੇ ਅਤੇ ਸਾਡਾ ਰਸਤਾ ਬੰਦ ਕਰ ਦਿੱਤਾ। ਸਾਡੀ ਇਹ ਕਲਫੂ ਕਰਕੇ ਕਲਫੂ ਕਰਕੇ ਸਾਡੀ ਹੋਈ ਨਹੀਂ, ਸੁਣਵਾਈ ਨਹੀਂ ਹੋਈ ਜੀ। ਅਤੇ ਆਪਾਂ ਜੇ ਨਾਲੇ ਵੀ ਗਏ ਅਤੇ ਸਰਪੰਚ ਸਾਹਿਬ ਰੋਕਦੇ ਰਹੇ, ਇਹਨਾਂ ਨੇ ਰੋਕਿਆ, ਇਹਨਾਂ ਨੇ ਜ਼ੋਰ ਨਾਲ ਕੰਧ ਕੱਢ ਲਈ ਜੀ। ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਕੋਈ ਗੱਲ ਨਹੀਂ। ਕਿੰਨੇ ਘਰਾਂ ਦਾ ਰਸਤਾ ਬੰਦ ਹੋਇਆ? ਇਹ ਸਾਡੇ 2 ਘਰ ਨੇ ਜੀ, ਇੱਕ ਲਾਲ ਸਿੰਘ ਦੇ, ਇੱਕ ਸਾਡਾ ਰਾਹ ਖੁੱਲਣਾ ਚਾਹੀਦਾ ਜੀ, ਕੰਧ ਢੱਠ ਕੇ ਰਾਹ ਖੁੱਲਣਾ ਚਾਹੀਦਾ, ਉਹਨਾਂ ਨੇ ਜ਼ੋਰ ਨਾਲ ਧੱਕੇ ਨਾਲ ਕੰਧ ਕੱਢੀ। ਕੀ ਮਸਲਾ ਸਰਪੰਚ ਜੀ? ਸਰ ਮੈਂ ਉੱਥੇ ਜਦੋਂ ਇਹਨਾਂ ਮੈਨੂੰ ਸੁਣਾ ਦਿੱਤਾ, ਮੈਂ ਪਹੁੰਚਿਆ, ਉਹਨਾਂ ਕੰਧ ਹਜੇ ਰੱਖੀ ਹੀ ਨਹੀਂ, ਮੈਂ ਉਹਨਾਂ ਨੂੰ ਰੋਕਿਆ ਵੀ ਕੰਧ ਨਹੀਂ ਕੱਢਣੀ, ਤੁਹਾਡਾ ਬਹਿ ਕੇ ਫੈਸਲਾ ਕਰਾ ਦਾਂਗੇ। ਮੈਂ ਸਾਡੀ ਮਾਲਕੀ, ਮੈਂ ਤੁਸੀਂ ਨਿਸ਼ਾਨਦੀ ਕਰਾ ਲਓ, ਜਿੱਥੋਂ ਦੀ ਉਹਦੀ ਕੰਧ ਕੱਢ ਲਓ। ਉਹਨਾਂ ਕੋਈ ਨਿਸ਼ਾਨਦੀ ਨਹੀਂ ਕਰਾਈ, ਸਾਨੂੰ ਕਹਿੰਦੇ ਨੇ ਜਾ ਕੇ, ਅਸੀਂ ਤੈਨੂੰ ਨਹੀਂ ਜਾਣਦੇ। ਉਹ ਬੰਦਾ 100-150 ਬੰਦਾ, ਇਹ ਗਰੀਬ ਬੰਦੇ ਨੇ, ਇਹਨਾਂ ਦਾ ਧੱਕਾ ਕਰਦੇ ਨੇ, ਜੇ ਕੋਈ ਗੱਲ ਕਰਦਾ ਇਹਨਾਂ ਦੇ ਗੱਲ ਪੈ ਜਾਂਦੇ ਨੇ, ਅਤੇ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ।
ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ? ਪੁਲਿਸ ਪ੍ਰਸ਼ਾਸਨ ਤੇ ਮਦਦ ਕਰਦਾ, ਉਹਨਾਂ ਨੇ ਟਾਈਮ ਦਿੱਤਾ ਸੀ ਵੀ ਤੁਸੀਂ ਕੰਧ ਨਹੀਂ ਕੱਢਣੀ, ਕਰਫਿਊ ਦੇ ਵਿੱਚ ਸਾਡਾ ਟਾਈਮ ਨਹੀਂ ਗਾ, ਬਹੁਤ ਜ਼ਿਆਦਾ ਅਸੀਂ ਭੱਜਣਾ ਸਾਨੂੰ ਰਹਿੰਦੀ ਹੈ, ਬਿਜ਼ੀ ਰਹਿੰਦੇ ਨੇ ਜ਼ਿਆਦਾ, ਤੇ ਆਇਆ ਨਹੀਂ ਜਾਂਦਾ, ਉਹਨਾਂ ਡੱਕ ਕੇ ਗਏ ਨੇ, ਇਹਨਾਂ ਉਹਨਾਂ ਦੀ ਨਹੀਂ ਸੁਣੀ ਕੋਈ ਵੀ। ਠੀਕ ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ।